हेलो स्टूडेंट्स माय सेल्फ हित अवलाशी शर्मा वेलकम्स हियर अगेन ऑन माय चैनल जानकारी हित आज ਤੁਹਾਡੇ ਨਾਲ ਬਿਜ਼ਨਸ ਸਟੱਡੀਜ਼ ਦਾ ਜੋ ਪਾਰਟ ਫਰਸਟ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਮੈਂ ਐਮਸੀਕਿਊਜ਼ ਕੁਝ ਪ੍ਰੈਕਟਿਸ ਸੈਸ਼ਨ ਦੇ ਰੂਪ ਵਿੱਚ ਸ਼ੇਅਰ ਕਰਾਂਗਾ ਤਾਂ ਕਿ ਅਸੀਂ ਆਪਣੇ ਆਪ ਨੂੰ ਐਗਜ਼ਾਮ ਦੇ ਲਈ ਟੈਸਟ ਕਰ ਸਕੀਏ ਕਿ ਜੋ ਅਸੀਂ ਕਿਸੇ ਵੀ ਟਾਈਮ ਤਿਆਰੀ ਕਰ ਚੁੱਕੇ ਆ ਡਿਫਰੈਂਟ ਟਾਪਿਕਸ ਔਨ ਇਨੀਸ਼ੀਅਲ ਟਾਪਿਕਸ ਨੇ ਫਰੋਮ ਹਿਸਟਰੀ ਆਫ ਬਿਜ਼ਨਸ ਇਨ ਇੰਡੀਆ ਤੋਂ ਲੈ ਕੇ ਆਲਮੋਸਟ ਜੁਆਇੰਟ ਸਟੋਕ ਕੰਪਨੀਆਂ ਦਾ ਕੁਝ ਇੰਪੋਰਟੈਂਟ ਕੁਐਸਚਨਸ ਹੋ ਸਕਦੇ ਨੇ ਪ੍ਰੈਕਟਿਸ ਕੁਐਸਚਨਸ ਹੋ ਸਕਦੇ ਨੇ ਜਿਨ੍ਹਾਂ ਦੇ ਬੇਸ ਤੇ ਤੁਸੀਂ ਕੰਦਾ ਦਾ ਲਗਾ ਸਕਦੇ ਹੋ ਕਿ ਇਹੋ ਜਿਹੇ ਕੁਐਸਚਨਸ ਆਮ ਤੌਰ ਤੇ ਐਗਜ਼ਾਮ ਦੇ ਵਿੱਚ ਡਵੈਲਪ ਹੋ ਸਕਦੇ ਨੇ ਉਹਨਾਂ ਟਾਪਿਕਸ ਦੇ ਬੇਸ ਦੇ ਉੱਤੇ ਆਓ ਅੱਜ ਦੇ ਟਾਪਿਕ ਦੇ ਵੱਲ ਵਧੀਏ ਕੁਐਸਚਨ ਨੰਬਰ 1 ਐਮਸੀਕਿਊਜ਼ ਨੇ ਸਟੂਡੈਂਟਸ ਮਲਟੀਪਲ ਚੁਆਇਸ ਕੁਐਸਚਨਸ ਸਭ ਤੋਂ ਪਹਿਲਾਂ ਕੁਐਸਚਨ ਬਿਜ਼ਨਸ ਰਿਸਕ ਇਜ਼ ਨਾਟ ਲਾਈਕਲੀ ਟੂ ਅਰਾਈਜ਼ ਡਿਊ ਟੂ ਵਪਾਰ ਦੇ ਵਿੱਚ ਜੋਖਿਮ ਹੈ ਡੈਸ਼ ਦੇ ਕਾਰਨ ਪੈਦਾ ਹੋਣ ਦੀ ਸੰਭਾਵਨਾ ਨਹੀਂ ਹੁੰਦੀ किसदे कारण व्यापार च जोखिम ਨਹੀਂ ਹੋ ਸਕਦਾ ਅਸੀਂ ਚਾਰ ਆਪਸ਼ਨ ਦਿੱਤੇ ਹੋਏ ਨੇ ਏ ਆਪਸ਼ਨ ਇਜ਼ ਚੇਂਜ ਇਨ ਗਵਰਨਮੈਂਟ ਪੋਲਿਸੀ ਸਰਕਾਰ ਦੀ ਨੀਤੀ ਚ ਬਦਲਾਵ ਬੀ ਆਪਸ਼ਨ ਇਜ਼ ਗੁੱਡ ਮੈਨੇਜਮੈਂਟ ਵਧੀਆ ਪ੍ਰਬੰਧਨ ਕਰਕੇ ਸੀ ਆਪਸ਼ਨ ਇਜ਼ ਇੰਪਲਾਈਜ਼ ਡਿਸਆਨੈਸਟੀ ਕਰਮਚਾਰੀਆਂ ਦੀ ਬੇਈਮਾਨੀ ਕਰਕੇ ਡੀ ਆਪਸ਼ਨ ਇਜ਼ ਪਾਵਰ ਫੇਲਿਅਰ ਬਿਜਲੀ ਦੀ ਅਸਫਲਤਾ ਪਾ ਬਿਜਲੀ ਦਾ ਬ੍ਰੇਕ ਅਪ ਹੋ ਜਾਣਾ ਲਾਈਟ ਦਾ ਨਾ ਹੋਣਾ ਇਹਨਾਂ ਚੋਂ ਕਿਸ ਕਾਰਨ ਕਰਕੇ ਬਿਜ਼ਨਸ ਰਿਸਕ ਨਹੀਂ ਹੋ ਸਕਦਾ ਸਮਝ ਆਇਆ ਸਹੀ ਸੋਚੋ ਆਓ ਆਨਸਰ ਦੇਖੀਏ ਆਨਸਰ ਇਜ਼ ਗੁੱਡ ਮੈਨੇਜਮੈਂਟ ਵਧੀਆ ਪ੍ਰਬੰਧਨ ਜੇ ਵਧੀਆ ਪ੍ਰਬੰਧਨ ਹੋਏਗਾ ਤਾਂ ਬਿਜ਼ਨਸ ਜੋਖਿਮ ਨਹੀਂ ਹੋ ਸਕਦਾ ਇਹ ਬੈਸਟ ਆਪਸ਼ਨ ਹੈ ਚਾਰਾਂ ਦੇ ਵਿੱਚੋਂ ਤੁਸੀਂ 2 ਨੰਬਰ ਆਪਣੇ ਹੱਥ ਦੇ ਇਸ ਜੋ ਇੱਕ ਪ੍ਰੈਕਟਿਸ ਸੈਸ਼ਨ ਹੈ ਉਹਦੇ ਵਿੱਚ ਐਡ ਕਰ ਲਓ ਜੇ ਤੁਹਾਡਾ ਸਹੀ ਆਨਸਰ ਹੈ ਨਹੀਂ ਨੈਕਸਟ ਟਾਈਮ ਜਦੋਂ ਵੀ ਕੋਈ ਇਸ ਟਾਈਪ ਦੇ ਕੁਐਸਚਨਸ ਹੋਣਗੇ ਤੁਸੀਂ ਉਹਨੂੰ ਬੈਟਰ ਵਿੱਚ ਕਰ ਸਕੋਗੇ ਨੈਕਸਟ ਕੁਐਸਚਨ ਹੂ ਪ੍ਰੋਵਾਈਡਡ ਲੋਨਸ ਫॉर ਫੋਰਨ ਟ੍ਰੇਡ ਇਨ ਐਨੀਸ਼ੈਂਟ ਇੰਡੀਆ ਪੁਰਾਣੇ ਸਮੇਂ ਵਿੱਚ ਵਿਦੇਸ਼ੀ ਵਪਾਰ ਦੇ ਲਈ ਕਰਜ਼ਾ ਕੌਣ ਦਿੰਦਾ ਸੀ ਏ ਆਪਸ਼ਨ ਇਜ਼ ਗਵਰਨਮੈਂਟ ਬੀ ਆਪਸ਼ਨ ਇਜ਼ ਇੰਟਰਮੀਡੀਅਰ ਇਸ ਸੀ অপਸ਼ਨ ਇਜ਼ ਬੋਥ ए ਐਂਡ ਬੀ ਡੀ অপਸ਼ਨ ਇਜ਼ ਨਨ ਆਫ ðiਸ ਸਰਕਾਰ ਦਿੰਦੀ ਸੀ ਵਿਚੋਲੇ ਦਿੰਦੇ ਸੀ 샤ਹੂਕਾਰ ਵਗੈਰਾ ਸੀ ਸਾਨੂੰ ਕਹਿੰਦੇ ਨੇ ਜਾਂ ਦੋਨੋਂ ਸਰਕਾਰ ਤੇ ਵਿਚੋਲੇ ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋਚ ਲਿਆ ਮੇਰੇ ਖਿਆਲ ਤੋੜੀ ਆਂਸਰ ਯਸ ਰਾਈਟ ਆਨ ਇਜ਼ ਇੰਟਰਮੀਡੀਅਰ ਇਜ਼ ਵਿਚੋਲੇ ਜੋ 샤ਹੂਕਾਰ ਹੁੰਦੇ ਸੀ ਉਸ ਟਾਈਮ ਉਹ ਜਨਰਲੀ ਫੋਰਨ ਟ੍ਰੇਡ ਦੇ ਲਈ ਜਿਹੜੇ ਵਿਚੋਲੇ ਹੁੰਦੇ ਸੀ ਉਹ ਉਸ ਸਮੇਂ ਫੋਰਨ ਟ੍ਰੇਡ ਦੇ ਲਈ ਪੁਰਾਣੇ ਸਮੇਂ ਦੇ ਵਿੱਚ ਲੋਨ ਪ੍ਰੋਵਾਈਡ ਕਰਦੇ ਸੀ ਬਿਜ਼ਨਸ ਦੇ ਲਈ ਨੈਕਸਟ ਕੁਐਸਚਨ ਇਜ਼ ਵਿਚ ਆਫ ðiਸ ਟੈਕਸਿਸ ਵਾਸ ਨੋਟ ਇੰਪੋਜ਼ਡ ਔਨ ਟ੍ਰੇਡ ਐਂਡ ਕਾਮਰਸ ਇਨ ਐਨੀਸ਼ੈਂਟ ਇੰਡੀਆ ਪੁਰਾਣੇ ਪੜ ਦੇ ਸਮੇਂ ਜਾਂ ਪ੍ਰਾਚੀਨ ਭਾਰਤ ਵਿੱਚ ਵਪਾਰ ਤੇ ਵਿਨਸ ਦੇ ਉੱਤੇ ਕਿਹੜਾ ਟੈਕਸ ਨਹੀਂ ਲੱਗਦਾ ਸੀ ਪੁਰਾਣੇ ਸਮੇਂ ਵਿੱਚ ਕਿਹੜਾ ਟੈਕਸ ਨਹੀਂ ਲੱਗਦਾ ਸੀ ਇਹ ਦੱਸਣਾ ਇਹਦਾ ਮਤਲਬ ਬਾਕੀ ਲੱਗਦੇ ਹੋਣਗੇ ਇੱਕ ਨਹੀਂ ਲੱਗਦਾ ਇਹਨਾਂ ਚੋਂ ਏ ਆਪਸ਼ਨ ਇਜ਼ ਸੇਲ ਟੈਕਸ ਬੀ ਆਪਸ਼ਨ ਇਜ਼ ਫੈਰੀ ਟੈਕਸ ਸੀ ਆਪਸ਼ਨ ਇਜ਼ ਔਕਟਰਾਏ ਟੈਕਸ ਡੀ ਆਪਸ਼ਨ ਇਜ਼ ਕਸਟਮ ਟੈਕਸ ਸੋਚੋ ਜਰਾ ਧਿਆਨ ਨਾਲ ਰਾਨਸਰ ਇਜ਼ ਅ ਸੇਲਸ ਟੈਕਸ ਵਿਕਰੀ ਟੈਕਸ ਉਸ ਸਮੇਂ ਨਹੀਂ ਲੱਗਦਾ ਸੀ ਵੀ ਫੈਰੀ ਟੈਕਸ ਲੱਗਦਾ ਸੀ ਔਕਟ੍ਰਾਈ ਟੈਕਸ ਕੀ ਹੁੰਦਾ ਬਹੁਤ ਸਾਰੇ ਬੱਚੇ ਸੋਚਦੇ ਹੋਣਗੇ ਇਹਨੂੰ ਚੁੰਗੀ ਕਹਿੰਦੇ ਨੇ ਅਸਲ ਚ ਸੇਲ ਟੈਕਸ ਹੁੰਦਾ ਹੈ ਵਿਕਰੀ ਕਰ ਇਸੇ ਤਰ੍ਹਾਂ ਔਕਟ੍ਰਾਈ ਕੀ ਹੁੰਦੀ ਆ ਪੁਰਾਣੇ ਸਮੇਂ ਚ ਜਾਂ ਅੱਜ ਤੋਂ 10 12 ਸਾਲ ਪਹਿਲਾਂ ਵੀ ਸਾਡੇ ਆਪਣੇ ਅਜ ਦੇ ਸ਼ਹਿਰਾਂ ਦੇ ਵਿੱਚ ਵੀ ਸ਼ਹਿਰ ਤੋਂ ਬਾਹਰ ਇੱਕ ਮਿਊਸਪਲ ਕਾਰਪੋਰੇਸ਼ਨ ਜਾਂ ਮਿਊਸਪਲ ਜੋ ਬਾਡੀਜ਼ ਨੇ ਉਹਨਾਂ ਦੀ ਲੋਕਲ ਬਾਡੀਜ਼ ਦੇ ਹੈਲਪ ਦੇ ਲਈ ਇੱਕ ਟੈਕਸ ਲਗਾਇਆ ਜਾਂਦਾ ਸੀ ਇੱਕ ਪੁਆਇੰਟ ਬਣਿਆ ਹੁੰਦਾ ਸੀ ਸ਼ਹਿਰ ਦੀ ਐਂਟਰਸ ਦੇ ਉੱਤੇ ਜੇਕਰ ਕੋਈ ਬਿਜ਼ਨਸਮੈਨ ਬਾਹਰ ਤੋਂ ਸਮਾਨ ਲੈ ਕੇ ਆਂਦਾ ਤਾਂ ਉਸਤੇ ਇੱਕ ਟੈਕਸ ਲੱਗਦਾ ਸੀ that one was known as octroi tax ਪੁਰਾਣੇ ਸਮੇਂ ਚ ਇਹਨਾਂ ਚੋ ਕਿਹੜਾ ਨਹੀਂ ਲੱਗਦਾ ਸੀ ਉਹ ਸੀ ਸੇਲ ਟੈਕਸ ਧਿਆਨ ਨਾਲ ਨੈਕਸਟ ਕੁਐਸਚਨ ਕੁਐਸਚਨ ਨੰਬਰ 4 ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਦਾ ਨੇਮ ギਵਨ ਟੂ ਐਨੀਸ਼ੈਂਟ ਇੰਡੀਆ ਪ੍ਰਾਤਨ ਭਾਰਤ ਨੂੰ ਜਾਂ ਪ੍ਰਾਚੀਨ ਭਾਰਤ ਨੂੰ ਇਹਨਾਂ ਵਿੱਚੋਂ ਕਿਹੜਾ ਨਾਮ ਨਹੀਂ ਦਿੱਤਾ ਗਿਆ ਸੀ ਜਨਰਲੀ ਹਰ ਇੱਕ ਆਉਣ ਵਾਲੇ ਨੇ ਵਪਾਰੀਆਂ ਨੇ ਪੋਲੀਟਿਸ਼ੀਅਨਸ ਨੇ ਪਰ ਉਹਨਾਂ ਲਗ ਲਗ ਨਾਮ ਦਿੱਤੇ ਉਇਥੋਂ ਦੀਆਂ ਕੁਝ ਵਿਸ਼ੇਸ਼ਤਾਵਾਂ ਕਰਕੇ ਇਹਨਾਂ 'ਚ ਕਿਹੜਾ ਨਾਮ ਨਹੀਂ ਦਿੱਤਾ ਗਿਆ ਸੀ ਅਸੀਂ ਇਹ ਚੂਜ਼ ਕਰਨਾ ਹੈ ਏ ਆਪਸ਼ਨ ਇਜ਼ ਸਵਰਨਦੀਪ ਵੀ ਆਪਸ਼ਨ ਇਜ਼ ਸਵਰਨਭੂਮੀ ਸੀ ਆਪਸ਼ਨ ਇਜ਼ ਸਵਰਨਖੇਤਰ ਡੀ ਆਪਸ਼ਨ ਇਜ਼ 올 ਆਫ ðiਜ਼ ਯਸ ਸੋਚ ਲਿਆ ਤੁਸੀਂ ਆਹ ਆਨਸਰ ਕੀ ਹੈ ਰਾਈਟ ਆਪਸ਼ਨ ਇਜ਼ ਸੀ ਨਾਟ ਬੀ ਸੀ ਥੈਟ ਇਜ਼ ਸਵਰਨਖੇਤਰ ਸਵਰਨਖੇਤਰ ਨਾਮ ਨਹੀਂ ਦਿੱਤਾ ਗਿਆ ਸੀ ਭਾਰਤ ਨੂੰ ਸਵਰਨਦੀਪ ਤੇ ਸਵਰਨਭੂਮੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਐਨੀਸ਼ੈਂਟ ਪੀਰੀਅਡ ਦੇ ਵਿੱਚ

ਜੋ ਪ੍ਰੋਫੈਸ਼ਨਲ ਹੁੰਦਾ ਉਹਦੀ ਇੱਕ ਪਰਟੀਕুলਰ ਕੁਆਲੀਫਿਕੇਸ਼ਨ ਹੁੰਦੀ ਹੈ ਪ੍ਰੋਫੈਸ਼ਨਲ ਇੰਸਟੀਚੂਟ ਤੋਂ ਲੀਤੀ ਵੀ ਹੋਏ ਫੀਸ ਚਾਰਜ ਕਰਦਾ ਹੈ ਸ਼ਾਪ ਕੀਪਰ ਦੇ ਲਈ ਇਹ ਜ਼ਰੂਰੀ ਨਹੀਂ ਹੁੰਦਾ ਸੋ অপਸ਼ਨ ਇਜ਼ ਸ਼ਾਪ ਕੀਪਰ ਸੀ ਨੈਕਸਟ ਕੁਐਸ਼ਨ ਕੁਐਸ਼ਨ ਨੰਬਰ 6 ਹਿਊਮਨ ਐਕਟੀਵਿਟੀਆਂ ਆਰ ਕਲਾਸੀਫਾਈਡ ਇਨਟੂ ਡੈਸ਼ ਕੈਟਾਗਰੀਜ਼ ਜੋ ਮਨੁੱਖੀ ਗਤੀਵਿਧੀਆਂ ਨੇ ਅਸੀਂ ਜਦੋਂ ਬਿਜ਼ਨਸ ਸਟੱਡੀ ਦਾ ਸਬਜੈਕਟ ਕਰ ਰਹੇ ਹਾਂ ਯਾਦ ਰੱਖੋ ਹਮੇਸ਼ਾ ਅਸੀਂ ਮਨੁੱਖੀ ਗਤੀਵਿਧੀਆਂ ਨੂੰ ਬਿਜ਼ਨਸ ਜਾਂ ਇਕੋਨਮੀ ਪੁਆਇੰਟ ਆਫ ਵਿਊ ਤੋਂ ਲੈ ਕੇ ਚੱਲਣਾ ਮਨੁੱਖੀ ਗਤੀਵਿਧੀਆਂ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਜਿਹਨਾਂ ਨੂੰ ਫੋਰ ਆਪਸ਼ਨ A3 B5 C4 D2 ਸੋਚੋ ਜਿਆਦਾ ਸੋਚਣ ਦਾ ਵਿਸ਼ਾ ਨਹੀਂ ਹੈ ਸਟੂਡੈਂਟਸ ਆਨਸਰ ਇਜ਼ 2 देयर आर 2 ਹਿਊਮਨ ਐਕਟੀਵਿਟੀਜ਼ ਵਿਚ ਆਰ ਜਨਰਲੀ ਕਲਾਸੀਫਾਈਡ ਵਨ ਇਜ਼ ਇਕੋਨੋਮਿਕ ਐਕਟੀਵਿਟੀਜ਼ ਸੈਕੰਡ ਵਨ ਇਜ਼ ਨਾਨ ਇਕੋਨੋਮਿਕ ਐਕਟੀਵਿਟੀਜ਼ ਆਰਥਿਕ ਅਤੇ ਗੈਰ ਆਰਥਿਕ ਗਤੀਵਿਧੀਆਂ ਆਰਥਿਕ ਅਰਥ ਨਾਲ ਸਬੰਧਤ ਪੈਸੇ ਨਾਲ ਸਬੰਧਤ ਗੈਰ ਆਰਥਿਕ ਜਿਹੜੀਆਂ ਪੈਸੇ ਨਾਲ ਸਬੰਧਤ ਨਹੀਂ ਤੁਸੀਂ ਸ਼ੌਂਕ ਪੂਰਾ ਕਰਨ ਦੇ ਲਈ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਲਈ ਕੋਈ ਕੰਮ ਕਰਦੇ ਹੋ ਇੱਕ ਭਜਨ ਕਰਨ ਵਾਲਾ ਪੈਸੇ ਲੈ ਕੇ ਕੰਮ ਕਰਦਾ ਤਾਂ ਇਕਨੋਮਿਕ ਐਕਟੀਵਿਟੀ ਜੇ ਬਿਨਾਂ ਪੈਸੇ ਲੈ ਕੇ ਕੰਮ ਕਰਦਾ ਆਪਣਾ ਸ਼ੌਂਕ ਪੂਰਾ ਕਰਨ ਲਈ ਤਾਂ ਉਹ ਕੀ ਹੋ ਸਕਦਾ ਨੋਨ ਇਕਨੋਮਿਕ ਐਕਟੀਵਿਟੀ ਹੋਏਗਾ ਜੇ ਬਿਨਾਂ ਪੈਸੇ ਦੇ ਕਰਦਾ ਹੈ ਨੈਕਸਟ ਵਨ ਕੋ 7 ਇਸ ਤੋਂ ਪਹਿਲਾਂ ਇੱਕ ਇੰਪੋਰਟੈਂਟ ਕਿਉਂਕਿ ਬਿਜ਼ਨਸ ਸਟੱਡੀ ਦੇ ਸਬਜੈਕਟ ਨੂੰ ਜਦੋਂ ਡੀਲ ਕਰ ਰਹੇ ਹਾਂ ਇੱਕ ਕਨਸੈਪਟ ਦੇ ਬਾਰੇ ਕਲੈਰਿਟੀ ਹੋਣੀ ਚਾਹੀਦੀ ਹੈ ਬੱਚੇ ਜਨਰਲੀ ਕਨਫਿਊਜ਼ ਹੁੰਦੇ ਨੇ ਦਾ ਕੀ ਡਿਫਰੈਂਸ ਬਿਟਵੀਨ ਟ੍ਰੇਡ ਐਂਡ ਬਿਜ਼ਨਸ ਇਜ਼ 댓 ਟ੍ਰੇਡ ਤੇ ਬਿਜ਼ਨਸ ਚ ਬੇਸਿਕ ਡਿਫਰੈਂਸ ਕੀ ਹੈ ਟ੍ਰੇਡ ਇਨਵੋਲਵਸ ਬਾਇੰਗ ਐਂਡ ਸੈਲਿੰਗ ਆਫ ਗੁੱਡਸ ਟ੍ਰੇਡ ਦੇ ਵਿੱਚ ਵਸਤੂਆਂ ਜਾਂ ਸੇਵਾਵਾਂ ਦੀ ਖਰੀਦ ਵਿੱਚ ਸ਼ਾਮਿਲ ਹੁੰਦੀ ਹੈ ਬਾਇੰਗ ਐਂਡ ਸੈਲਿੰਗ ਖਰੀਦਣਾ ਦੇ ਵਿੱਚ ਨਾ ਵਿਅਰਸ ਬਿਜ਼ਨਸ ਇਨਵੋਲਵਸ ਆਲ ਐਕਟੀਵਿਟੀਜ਼ ਪਰਫਾਰਮਡ ਬਾਈ ਬਿਜ਼ਨਸ ਬਿਜ਼ਨਸ ਦੇ ਵਿੱਚ ਸਾਰੀ ਟਾਈਪ ਦੀਆਂ ਕਿਰਿਆਵਾਂ ਸ਼ਾਮਿਲ ਹੁੰਦੀਆਂ ਨੇ which includes buying and selling advertising marketing insurance warehousing etc etc ਇਹ ਸਾਰੀਆਂ ਗਤੀਵਿਧੀਆਂ ਜਿਸ ਵਸਤੂਆਂ ਨੂੰ ਖਰੀਦਣਾ ਵੇਚਣਾ ਉਹਨਾਂ ਦੀ ਐਡਵਰਟਾਈਜ਼ਮੈਂਟ ਕਰਨੀ ਮਾਰਕੀਟਿੰਗ ਕਰਨੀ بیمੇ ਨਾਲ ਸੰਬੰਧਤ ਉਹਨਾਂ ਦੀ ਟ੍ਰਾਂਸਪੋਰਟੇਸ਼ਨ ਕਰਨੀ ਇਹ ਸਾਰਾ ਜਿਹੜਾ ਹੈ ਬਿਜ਼ਨਸ ਹੁੰਦਾ ਸੋ ਬਿਜ਼ਨਸ ਇਨ ਲਾਰਜ ਕਨਸੈਪਟ ਇਨ ਕੰਪੈਰੀਜ਼ਨ ਟੂ ਟ੍ਰੇਡ ਕਲੀਅਰ ਇਹ ਕਾਜ਼ ਦਾ ਹਾਈਲਾਈਟਰ ਸੀ ਤੁਹਾਡੇ ਲਈ ਸੋ ਅੱਗੇ ਵਧੀਏ ਕੁਸ਼ਚਨ ਨੰਬਰ 7 ਕਮਰਸ ਇਨਕਲੂਡਸ ਕਮਰਸ ਦੇ ਵਿੱਚ ਕੀ ਸ਼ਾਮਿਲ ਹੁੰਦਾ ਹੈ ਫੋਰ অপਸ਼ਨਸ ਆਰ ਦੇਆ ਟ੍ਰੇਡ ਐਂਡ ਹੈਲਪ ਟੂ ਟ੍ਰੇਡ ਬੀ অপਸ਼ਨ ਇਜ਼ ਬਿਜ਼ਨਸ ਐਂਡ ਇੰਡਸਟਰੀ ਸੀ অপਸ਼ਨ ਇਜ਼ ਬਿਜ਼ਨਸ ਐਂਡ ਟ੍ਰੇਡ ਨਨ ਆਫ ðiਜ਼ ਵਪਾਰ ਅਤੇ ਵਪਾਰ ਵਿੱਚ ਸਹਾਇਕ ਵਪਾਰ ਅਤੇ ਉਦਯੋਗ ਵਪਾਰ ਅਤੇ ਵਪਾਰ ਇਹ ਜਨਰਲੀ ਕਨਫਿਊਜ਼ ਕਰੇਗਾ ਇਟ ਡਿਕਸ਼ਨਰੀ ਵਰਡਸ ਨੇ ਸਟੂਡੈਂਟ ਬਿਜ਼ਨਸ ਦਾ ਡਿਕਸ਼ਨਰੀ ਵਰਡ ਕੱਢੋ ਉਹ ਵੀ ਵਪਾਰ ਆਂਦਾ ਹੈ ਟ੍ਰੇਡ ਦਾ ਡਿਕਸ਼ਨਰੀ ਵਰਡ ਕੱਢੋ ਉਹ ਵੀ ਵਪਾਰ ਆਂਦਾ ਹੈ ਪਰ ਅਸੀਂ ਇਹਨੂੰ ਡਿਫਰੈਂਸ਼ੀਏਟ ਕਰਕੇ ਦੇਖਦੇ ਹਾਂ ਆ ਜਿਹੜਾ ਬਿਜ਼ਨਸ ਹੈ ਇਸ ਨੂੰ ਜਰਨਲੀ ਪੰਜਾਬੀ ਮੀਡੀਅਮ ਦੇ ਬੁੱਕਸ ਦੇ ਵਿੱਚ ਕਾਰੋਬਾਰ ਸ਼ਬਦ ਯੂਜ਼ ਕੀਤਾ ਹੋਇਆ ਹੈ ਕਾਰੋਬਾਰ ਜਾਂ ਵਪਾਰਕ ਟਰੇਡ ਦੇ ਲਈ ਵਰਡ ਯੂਜ਼ ਹੋ ਰਿਹਾ ਹੈ ਵਪਾਰ ਕਲੀਅਰ ਇਹ ਧਿਆਨ ਰੱਖਿਓ ਹੁਣ ਅਸੀਂ ਦੇਖਣਾ ਹੈ ਕਮਰਸ ਦੇ ਵਿੱਚ ਇਹ ਚਾਰਾਂ ਦੇ ਵਿੱਚੋਂ ਕੀ ਸ਼ਾਮਿਲ ਹੁੰਦਾ ਹੈ ਮੇਰੇਕਾ ਦਿਮਾਗ ਕੀ ਬੱਤੀ ਜਲ ਚੁੱਕੀ ਹੋਗੀ ਆਓ ਆਨਸਰ ਦੇਖੀਏ ਤੁਹਾਨੂੰ ਵੀ ਪਤਾ ਹੋਗਾ ਰਾਈਟ ਆਪਸ਼ਨ ਇਜ਼ ਟਰੇਡ ਐਂਡ AIDS ਟੂ ਟਰੇਡ ਸਮਝ ਆ ਗਿਆ ਵਪਾਰ ਅਤੇ ਵਪਾਰ ਵਿੱਚ ਸਹਾਇਕ ਜਿਹੜੀਆਂ ਗ੍ਰਿਆਵਾਂ ਨੇ ਉਹ ਸਾਰੀਆਂ ਕਾਮਰਸ ਦਾ ਪਾਰਟ ਹੁੰਦੀਆਂ ਨੇ ਕੁਐਸਚਨ ਨੰਬਰ ਨੈਕਸਟ ਸਟੂਡੈਂਟ 8th ਵਿਚ ਆਫ ਦਾ ਫੋਲੋਇੰਗ ਇਜ਼ ਦਾ ਰਾਈਟ ਆਪਸ਼ਨ ਅਬਾਊਟ ਟਾਈਪਸ ਆਫ ਬਿਜ਼ਨਸ ਐਂਟਰਪ੍ਰਾਈਜ਼ ਕਿਸੇ ਵਪਾਰਕ ਉਦਮ ਦੀ ਕਿਸਮਾਂ ਬਾਰੇ ਇਨਾਂ ਵਿੱਚੋਂ ਕਿਹੜਾ ਸਹੀ ਆਪਸ਼ਨ ਹੈ ਕਿਉਂ ਵਪਾਰਕ ਉਦਮ ਹੈ ਸੋਚੋ ਏ ਆਪਸ਼ਨ ਇਜ਼ ਸੋਲਡ ਟ੍ਰੇਡ ਇਕਲ ਵਪਾਰ ਜਿਸ ਨੂੰ ਕਹਿੰਦੇ ਆ ਇਕਲ ਨਹੀਂ ਇਕਲ ਵਪਾਰ ਬੀ ਆਪਸ਼ਨ ਇਜ਼ ਅ ਪਾਰਟਨਰਸ਼ਿਪ ਫਰਮ ਸਾਂਝੇਦਾਰੀ ਫਰਮ ਸੀ ਆਪਸ਼ਨ ਇਜ਼ ਜੁਆਇੰਟ ਸਟਾਕ ਕੰਪਨੀ ਔਰ ਕੰਪਨੀ D অপশন ইজ অল অফ দা অ্যাব উপর والے سارے yes سوچো आंसर मेरे ख्याल right तो अनुसार ਨੂੰ ਸਾਰਿਆਂ ਨੂੰ मैक्सिमम ਆਵੇਗਾ রাইট आंसर इज ऑल ऑफ द ਅਵ ਕਿਉਂਕਿ ਇਹ ਸਾਰੇ ਦੇ ਸਾਰੇ ਵਪਾਰ ਦੇ डिफरेंट ਰੂਪ ਨੇ ਸੋਲਡ ਟ्रेड ਇਕੱਲੇ ਦਾ ਵਪਾਰ ਹੁੰਦਾ ਹੈ 파ਟਨਰਸ਼ਿਪ ਸਾਂਝੇਦਾਰੀ ਫਾਰਮ ਜਿੱਥੇ ਦੋ ਦੋ ਜਾਂ ਦੋ ਤੋਂ ਜ਼ਿਆਦਾ 파ਟਨਰ ਮਿਲ ਕੇ ਕਰਦੇ ਨੇ ਇਸੇ ਤਰ੍ਹਾਂ ਕੰਪਨੀ ਤੀਸਰਾ ਵਪਾਰ ਦੀ ਕਿਸਮ ਹੈ so right option is all of the above ਮੇਰੇ ਨਾਲ ਸਟੂਡੈਂਟਸ ਤੁਹਾਡੇ 16 ਦੇ ਕਰੀਬ ਨੰਬਰ ਹੋ ਚੁੱਕੇ ਹੋਣਗੇ अदरवाइज ਆਨੋਲੇ ਸਮੇਂ ਜੇ ਸਟਾਈਪ ਦੇ ਕੁਐਸਚਨ ਤੋਂ ਤੁਸੀਂ ਗੱਲ ਅੰਦਾਜ਼ਾ ਲਗਾ ਸਕਦੇ ਹੋ ਕਿ ਐਗਜ਼ਾਮ ਚ ਬਿਜ਼ਨਸ ਸਟੱਡੀ ਚ ਇਸ ਟਾਈਪ ਦੇ ਕੁਐਸਚਨਸ ਵੀ ਹੋ ਸਕਦੇ ਨੇ ਆਓ ਨੈਕਸਟ which one is not the human objective of business business ਦਾ ਅਸੀਂ ਆਬਜੈਕਟਿਵਸ ਕਰਦੇ ਹਾਂ ਬਹੁਤ ਸਾਰੇ ਹਿਊਮਨ ਆਬਜੈਕਟਿਵਸ ਸੋਸ਼ਲ ਆਬਜੈਕਟਿਵਸ ਇਸ ਤੋਂ ਇਲਾਵਾ ਕਰਦੇ ਹਾਂ ਇਕਨੋਮਿਕ ਆਬਜੈਕਟਿਵਸ ਅਸੀਂ ਇਹਨਾਂ ਚੋਂ ਦੱਸਣਾ ਹੈ ਕਿ ਕਿਹੜਾ ਮਨੁੱਖੀ ਉਦੇਸ਼ ਨਹੀਂ ਹੈ ਕਿਸੇ ਕਾਰੋਬਾਰ ਦਾ ਨੰਬਰ ਏ ਕੰਜ਼ਿਊਮਰ ਸੈਟੀਸਫੈਕਸ਼ਨ ਉਪੋਕਤਾ ਦੀ ਸੰਤੁਸ਼ਟੀ ਖਪਤਕਾਰ ਦੀ ਸੰਤੁਸ਼ਟੀ ਬੀ ਸਰਵਾਈਵਲ ਆਫ ਦਾ ਬਿਜ਼ਨਸ ਕਾਰੋਵਾਰ ਦੀ ਸਰਵਾਈਵਲ ਪਾ ਉਹਦਾ ਬਚੇ ਰਹਿਣਾ ਚੱਲਦੇ ਰਹਿਣਾ ਗੁੱਡਵਿਲ ਆਫ ਦਾ ਬਿਜ਼ਨਸ ਬਿਜ਼ਨਸ ਦੀ ਸਾਖ ਜਿਸ ਨੂੰ ਸਦਭਾਵਨਾ ਵਰਡ ਡਿਕਸ਼ਨਰੀ ਵਰਡ ਹੈ ਵੈਸੇ ਸਾਖ ਹੈ ਇਹਦੇ ਲਈ ਵਰਡ ਯੂਜ਼ ਹੁੰਦਾ ਗੁੱਡਵਿਲ ਨਨ ਆਫ ðiਜ਼ ਇਨਾਂ ਵਿੱਚੋਂ ਕੋਈ ਵੀ ਨਹੀਂ ਸੋਚੋ ਯੈਸ ਮੇਰੇ ਖਿਆਲ ਤੁਸੀਂ ਜਾਣ ਚੁੱਕੇ ਹੋਗੇ ਇਨਾਂ ਜੋ ਕਿਹੜਾ ਮਨੁੱਖੀ ਉਦੇਸ਼ ਨਹੀਂ ਹੈ ਸਟੂਡੈਂਟਸ ਰਾਈਟ ਆਨਸਰ ਇਜ਼ ਗੁੱਡਵਿਲ ਆਫ ਦਾ ਬਿਜ਼ਨਸ ਕਾਰੋਵਾਰ ਦੀ ਸਾਖ ਇਹ ਮਨੁੱਖੀ ਆਬਜੈਕਟਿਵ ਨਹੀਂ ਹੈ ਇਹ ਇਕਨੋਮਿਕ ਆਬਜੈਕਟ ਹੈ ਆਰਥਿਕ ਉਦੇਸ਼ ਹੈ ਸੋ ਰਾਈਟ ਆਨਸਰ ਇਜ਼ ਸੀ ਗੁੱਡਵਿਲ ਆਫ ਅ ਬਿਜ਼ਨਸ ਨੈਕਸਟ ਕੁਐਸਚਨ ਸਟੂਡੈਂਟ ਕੁਐਸਚਨ ਨੰਬਰ 10 ਵਟ ਇਜ਼ ਆ ਫੁੱਲ ਫਾਰਮ ਆਫ ਐਮ ਐਨ ਸੀਜ਼ ਐਮ ਐਨ ਸੀ ਦੀ ਫੁੱਲ ਫਾਰਮ ਕੀ ਹੈ ਫੋਰ ਆਪਸ਼ਨਸ देयर ਮਲਟੀ ਨੇਸ਼ਨਲ ਕੰਪਨੀਆਂ ਮਲਟੀ ਨੇਚਰਡ ਕੰਪਨੀ ਕੈਪੀਟਲ ਸੋਰੀ ਮਲਟੀ ਨੇਚਰਡ ਕੈਪੀਟਲ ਸੀ ਆਪਸ਼ਨ ਇਜ਼ ਮਲਟੀ ਨਾਨ ਪ੍ਰੋਫਿਟ ਕਾਰਪੋਰੇਸ਼ਨਸ ਨਨ ਆਫ ðiਜ਼ ਇਨ ਚੋ ਕੋਈ ਵੀ ਨਹੀਂ ਬਹੁ ਕੌਮੀ ਕੰਪਨੀਆਂ ਬਹੁ ਕੁਦਰਤੀ ਪੂੰਜੀ ਇਸ ਤੋਂ ਇਲਾਵਾ ਬਹੁ ਮੁਨਾਫਾ ਨਿਗਮ ਇਹਨਾਂ ਵਿੱਚੋਂ ਕੋਈ ਵੀ ਨਹੀਂ ਮੇਰੇ ਖਿਆਲ ਤੁਸੀਂ ਸੋਚ ਚੁੱਕੇ ਹੋਗੇ ਐਮ ਐਨ ਸੀ ਦੀ ਫੁੱਲ ਫਾਰਮ ਇਟਸ ਵੈਰੀ ਈਜ਼ੀ ਕੁਐਸਚਨ ਫਰੋਮ ਐਗਜ਼ਾਮ ਪੁਆਇੰਟ ਆਫ ਵਿਊ ਐਂਡ ਦਾ ਰਾਈਟ ਆਨਸਰ ਇਜ਼ ਮਲਟੀ ਨੈਸ਼ਨਲ ਕੰਪਨੀਜ਼ ਜਿਸ ਕੰਪਨੀ ਦਾ ਵਪਾਰ ਆਪਣੇ ਦੇਸ਼ ਤੋਂ ਜਿੱਥੋਂ ਓਰੀਜਿਨੇਟ ਹੋਈ ਆ ਉਸ ਤੋਂ ਇਲਾਵਾ ਦੁਨੀਆ ਦੇ ਬਾਕੀ ਦੇਸ਼ਾਂ ਦੇ ਵਿੱਚ ਫੈਲਿਆ ਹੋਇਆ ਉਸ ਨੂੰ ਅਸੀਂ ਕਹਿੰਦੇ ਆ ਮਲਟੀ ਨੈਸ਼ਨਲ ਮਲਟੀ ਮੈਨੇ ਬਹੁ ਜ਼ਿਆਦਾ ਨੈਸ਼ਨਲ ਸ਼ਬਦ ਆਇਆ ਨੇਸ਼ਨ ਤੋਂ okay ਨੈਕਸਟ ਕੁਐਸਚਨ ਇਜ਼ ਕੁਐਸਚਨ ਨੰਬਰ 11th ਵਿਚ ਅਮੰਗ ਫੋਲੋਇੰਗ ਇਜ਼ ਨੋਟ ਦਾ ਫੀਚਰ ਆਫ ਐਨੀ ਐਮ ਐਨ ਸੀ ਕਿਸੇ ਮਲਟੀਨੇਸ਼ਨਲ ਕੰਪਨੀ ਦੀ ਇਨਾਂ ਚੋ ਕਿਹੜੀ ਵਿਸ਼ੇਸ਼ਤਾ ਨਹੀਂ ਹੈ ኦਪਰੇਸ਼ਨਲ ਇਨ 1 ਇਨ ਮੋਰ ਥੈਨ 1 ਕੰਟਰੀਜ਼ ਬੀ ਆਪਸ਼ਨ ਇਜ਼ ਜਾਇੰਟ ਸਾਈਜ਼ ਸੀ ਆਪਸ਼ਨ ਇਜ਼ ਸਮਾਲ ਅਮਾਉਂਟ ਆਫ ਕੈਪੀਟਲ ਡੀ ਆਪਸ਼ਨ ਇਜ਼ ਇੰਟਰਨੈਸ਼ਨਲ ਮਾਰਕੀਟ ਇੱਕ ਤੋਂ ਵੱਧ ਦੇਸ਼ਾਂ ਵਿੱਚ ਕਾਰਸ਼ਿਲ ਹੋਣਾ ਵੀ ਵਿਸ਼ਾਲ ਆਕਾਰ ਹੈ ਪੂੰਜੀ ਦੀ ਛੋਟੀ ਮਾਤਰਾ ਅੰਤਰਰਾਸ਼ਟਰੀ ਵਪਾਰ ਹੈ ਅਸੀਂ ਦੱਸਨੇ ਸਟੂਡੈਂਟ ਹੈ ਨਾ ਚੋ ਕਿਸੇ ਮਲਟੀਨੇਸ਼ਨਲ ਕੰਪਨੀ ਦੀ ਜਿਹਨੂੰ ਐਮ ਐਨ ਸੀਜ਼ ਕਹਿੰਦੇ ਨੇ ਬਹੁ ਦੇਸੀ ਕੰਪਨੀ ਜਿਹਨਾਂ ਨੂੰ ਕਹਿ ਸਕਦਾ ਹੈ ਆੜੜ ਦੇਸ਼ਾਂ ਦੇ ਵਿੱਚ ਫੈਲੀ ਹੋਈ ਜਿਹੜੀ ਕੰਪਨੀ ਹੈ ਜਾਂ ਬਹੁ ਰਾਸ਼ਟਰੀ ਕੰਪਨੀ ਦਾ ਨਾਮ ਦਿੱਤਾ ਜਾਂਦਾ ਹੈ ਮਲਟੀਨੇਸ਼ਨਲਸ ਨੂੰ ਇਹਨਾਂ 'ਚ ਕਿਹੜੀ ਵਿਸ਼ੇਸ਼ਤਾ ਹੈ the right answer is small amount of capital ਸਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਇੱਕ ਮਲਟੀਨੈਸ਼ਨਲ ਕੰਪਨੀ ਆ ਤਾਂ ਉਹਦੇ ਵਿੱਚ ਪੂੰਜੀ ਦੀ ਮਾਤਰਾ ਬਹੁਤ ਵੱਡੀ ਹੁੰਦੀ ਹੈ ਹਜ਼ਾਰਾਂ ਕਰੋੜ ਦੇ ਵਿੱਚ ਹੁੰਦੀ ਹੈ ਸੋ ਇਹ ਜਿਹੜਾ ਰਾਈਟ ਫੀਚਰ ਨਹੀਂ ਹੈ ਇਹਦੀ ਅਸੀਂ ਨੋਟ ਵਾਲਾ ਕਨਸੈਪਟ ਨੂੰ ਧਿਆਨ ਦੇ ਰੱਖਣਾ ਹੈ ਜਿਹੜੀ ਵਿਸ਼ੇਸ਼ਤਾ ਨਹੀਂ ਹੈ ਉਹ ਚੁਣੀ ਸੀ ਦਾ ਰਾਈਟ ਆਨਸਰ ਜੀ ਸੀ ਸਮਾਲ ਅਮਾਉਂਟ ਆਫ ਕੈਪੀਟਲ ਨੈਕਸਟ ਸਟੂਡੈਂਟ ਕੁਸ਼ਨ ਨੰਬਰ 12 ਇੰਪੋਰਟ ਐਕਸਪੋਰਟ ਟ੍ਰੇਡ ਇਸ ਐਨ ਐਗਜ਼ਾਮਪਲ ਆਯਾਤ ਇਨਰਿਆਦ ਵਪਾਰ ਇੱਕ ਉਦਾਹਰਣ ਹੈ ਕਿਸ ਟਾਈਪ ਦੇ ਵਪਾਰ ਦੀ ਉਦਾਹਰਣ ਹੈ ਏ ਇੰਟਰਨਲ ਟਰੇਡ ਬੀ ਫੋਰਨ ਟਰੇਡ ਸੀ ਐਕਸਟਰਨਲ ਟਰੇਡ ਬੋਥ ਬੀ ਐਂਡ ਸੀ ਮੇਰੇ ਖਿਆਲ ਆਸਾਨ ਕੁਐਸਚਨ ਹੈ ਤੁਹਾਨੂੰ ਇਹਦਾ ਆਨਸਰ ਆਂਦਰ ਹੋਏਗਾ ਰਾਈਟ ਆਨਸਰ ਇਜ਼ ਬੋਥ ਏ ਬੀ ਐਂਡ ਸੀ ਕਿਉਂਕਿ ਜਿਹੜਾ ਇੰਪੋਰਟ ਤੇ ਐਕਸਪੋਰਟ ਹੈ ਉਹ ਕਿਸ ਟਾਈਪ ਦੇ ਵਪਾਰ ਦੀ ਉਦਾਹਰਨ ਹੈ ਫੋਰਨ ਟਰੇਡ ਐਂਡ ਐਕਸਟਰਨਲ ਟਰੇਡ ਦੀ ਐਗਜ਼ਾਮਪਲਸ ਨੇ ਸੋ ਬੋਥ ਬੀ ਐਂਡ ਸੀ ਇਜ਼ ਅ ਰਾਈਟ ਆਪਸ਼ਨ ਆਫ ਕੁਐਸਚਨ ਨੰਬਰ 12 क्वेश्चन नंबर 13 व्हिच रूट वाज यूज्ड फॉर मैरीटाइम ट्रेड ड्यूरिंग एनिशिएंट पीरियड ਪ੍ਰਾਚੀਨ ਕਾਲ ਦੇ ਦੌਰਾਨ ਸਮੁੰਦਰੀ ਵਪਾਰ ਦੇ ਲਈ ਕਿਹੜਾ ਰਸਤਾ ਵਰਤਿਆ ਜਾਂਦਾ ਸੀ ਏ ਸਿਲਕ ਰੋਡ ਬੀ ਸਪਾਈਸ ਰੂਟ ਸੀ ਜੀਟੀ ਰੋਡ ਰੂਟ ਡੀ ਨਨ ਆਫ ðiਜ਼ ਸਿਲਕ ਰੋਡ ਸਪਾਈਸ ਰੂਟ ਜੀਟੀ ਰੋਡ ਰੂਟ ਇਹਨਾਂ ਵਿੱਚੋਂ ਕੋਈ ਵੀ ਨਹੀਂ ਮੇਰੇ ਖਿਆਲ ਤੁਸੀਂ ਜਾਣਦੇ ਹੋਵੋਗੇ ਐਂਡ ਦਾ ਰਾਹ ਰਾਈਟ ਆਨ ਇਸ ਸਪਾਈਸ ਰੂਟ ਸਟੂਡੈਂਟਸ ਬੀ ਸਪਾਈਸ ਰੂਟ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਪੁਰਾਣੇ ਸਮੇਂ ਦੇ ਵਿੱਚ ਵਪਾਰ ਦੇ ਦੋ ਰਸਤੇ ਸੀ ਇੱਕ ਸੜਕ ਵਾਲਾ ਇੱਕ ਸਮੁੰਦਰੀ ਉਸ ਸਮੇਂ ਹਵਾਈ ਜਹਾਜ਼ ਤਾਂ ਨਹੀਂ ਹੁੰਦੇ ਸੀ ਜੋ ਸੜਕ ਵਾਲਾ ਰਸਤਾ ਸੀ ਉਸ ਨੂੰ ਸਿਲਕ ਰੂਟ ਕਹਿੰਦੇ ਸੀ ਏਸ਼ੀਆ ਤੋਂ ਸੈਂਟਰਲ ਏਸ਼ੀਆ ਤੱਕ ਸਾਡੇ ਦੇਸ਼ ਤੋਂ ਚਾਈਨਾ ਤੋਂ ਦੂਰ ਤੱਕ ਫੈਲਿਆ ਹੋਇਆ ਹੈ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚੋਂ guzra ਹੋਇਆ ਰਸਤਾ ਅੱਜ ਦੇ ਪਾਕਿਸਤਾਨ ਅਫਗਾਨਿਸਤਾਨ ਦੀ ਮੈਂ ਗੱਲ ਕਰ ਰਿਹਾ ਉਸ ਨੂੰ ਅਸੀਂ ਕਹਿੰਦੇ ਸੀ ਸਿਲਕ ਰੂਟ ਜੋ ਸਮੁੰਦਰ ਦੇ ਦੁਆਰਾ ਵਪਾਰ ਹੁੰਦਾ ਸੀ ਚਾਈਨਾ ਇੰਡੀਆ ਜਾਂ ਸੈਂਟਰਲ ਏਸ਼ੀਆ ਦੇ ਦੇਸ਼ਾਂ ਦੇ ਨਾਲ ਉਹਨੂੰ ਕਹਿੰਦੇ ਸੀ ਸਪਾਈਸ ਰੂਟ ਕਲੀਅਰ ਉਥੋਂ ਜ਼ਿਆਦਾਤਰ ਮਸਾਲਿਆਂ ਦਾ ਵਪਾਰ ਜ਼ਿਆਦਾ ਹੁੰਦਾ ਸੀ ਇਸ ਕਰਕੇ ਰੂਟ ਸਪਾਈਸ ਰੂਟ ਦੇ ਨਾਮ ਨਾਲ ਮਸ਼ਹੂਰ ਹੋਇਆ ਵੈ ਸੋ ਰਾਈਟ ਆਪਸ਼ਨ ਇਜ਼ ਬੀ ਸਪਾਈਸ ਰੂਟ ਨੈਕਸਟ ਕੁਐਸਚਨ ਐਟ ਵਿਚ ਟ੍ਰੇਡ ਸੈਂਟਰ ਇੰਡੀਆ ਐਂਡ ਚਾਈਨਾ ਯੂਜ਼ ਟੂ ਵਿਜ਼ਿਟ ਫॉर ਟ੍ਰੇਡ ਪ੍ਰਾਣੇ ਸਮੇਂ ਦੇ ਵਿੱਚ ਭਾਰਤ ਤੇ ਚਾਈਨਾ ਕਿਸ ਵਪਾਰਕ ਕੇਂਦਰ ਤੇ ਜ਼ਿਆਦਾਤਰ ਆਉਂਦੇ ਜਾਂਦੇ ਸੀ ਵਪਾਰ ਕਰਨ ਦੇ ਲਈ ਫੋਰ ਆਪਸ਼ਨ ਇਜ਼ ਕਾਲੀਕਟ ਬੀ ਆਪਸ਼ਨ ਇਜ਼ ਪੋਲੀਕਟ ਸੀ ਆਪਸ਼ਨ ਇਜ਼ ਸੂਰਤ ਡੀ ਨਨ ਆਫ ðiਜ਼ ਬੜਾ ਆਸਾਨ ਕੁਐਸਚਨ ਹੈ ਇਹ ਜਦੋਂ ਅਸੀਂ ਹਿਸਟਰੀ ਆਫ ਬਿਜ਼ਨਸ ਦੀ ਗੱਲ ਕਰਦੇ ਹਾਂ राइट ऑप्शन इज कालीकट कालीकट एक समुंदर के किनारे बनी हुई बंदरगाह सी पोर्ट है उस समय चाइना ते इंडिया ਦਾ ਜਿਹੜਾ ਆਪਸ ਦੇ ਵਿੱਚ ਵਪਾਰ ਸੀ ਜਾਂ चाइना ਤੋਂ ਦੂਸਰੇ ਦੇਸ਼ਾਂ ਨੂੰ ਵਪਾਰ ਸੀ ਉਸ ਸਮੇ ਉਹਦੇ ਜਿਹੜੇ ਸਮੁੰਦਰੀ ਜਹਾਜ਼ ਸੀ ਉਹ ਕਾਲੀਕਟ ਦੇ ਵਿੱਚ ਵੀ ਰੁਕਦੇ ਸੀ ਤੇ ਉੱਥੋਂ ਇੰਡੀਆ ਦੇ ਜਿਹੜੇ ਟ੍ਰੇਡ ਸੈਂਟਰਸ ਨੇ ਉਹ ਕਾਲੀਕਟ ਬੰਦਰਗਾਹ ਦੇ ਨਾਲ ਜੁੜੇ ਹੋਏ ਸੀ ਪੁਰਾਣੇ ਸਮੇ ਦੀ ਗੱਲ ਕਰ ਰਹਾ ਮੈਂ ਆਹ ਸਟੂਡੈਂਟਸ ਅੱਗੇ ਵਧੀਏ ਕੁਐਸਚਨ ਨੰਬਰ 15 ਵਿਚ ਪਾਰਟਨਰਸ਼ਿਪ ਐਕਟ ਅਪਲਾਈਜ਼ ਇਨ ਇੰਡੀਆ ਫॉर ਪਾਰਟਨਰਸ਼ਿਪ ਫਰਮ ਸਾਂਝੇਦਾਰੀ ਫਰਮ ਲਈ ਭਾਰਤ ਵਿੱਚ ਕਿਹੜਾ ਪਾਰਟਨਰਸ਼ਿਪ ਕਾਨੂੰਨ ਲਾਗੂ ਹੁੰਦਾ ਹੈ ਚਾਰ ਆਪਸ਼ਨ ਨੇ ਇੰਡੀਅਨ ਪਾਰਟਨਰਸ਼ਿਪ ਐਕਟ 1923 ਇੰਡੀਅਨ ਪਾਰਟਨਰਸ਼ਿਪ ਐਕਟ 2013 ਇੰਡੀਅਨ ਪਾਰਟਨਰਸ਼ਿਪ ਐਕਟ 1932 ਇੰਡੀਅਨ ਪਾਰਟਨਰਸ਼ਿਪ ਐਕਟ 2003 ਸੋਚੋ ਜਰਾ ਕੀ ਆਨਸਰ ਹੋ ਸਕਦਾ ਹੈ ਜੇਕਰ ਪਾਰਟਨਰਸ਼ਿਪ ਬਿਜ਼ਨਸ ਚਲਾਣਾ ਹੈ ਤਾਂ ਕਿਹੜਾ ਪਾਰਟਨਰਸ਼ਿਪ ਐਕਟ ਲਾਗੂ ਹੁੰਦਾ ਹੈ ਦਾ ਰਾਈਟ ਆਨਸਰ ਇਜ਼ ਦਾ ਇੰਡੀਅਨ ਪਾਰਟਨਰਸ਼ਿਪ ਐਕਟ 1932 ਯਾਦ ਰੱਖੋ ਸੀ ਇਜ਼ ਦਾ ਰਾਈਟ ਆਪਸ਼ਨ ਓਕੇ ਸਾਂਝੇਦਾਰੀ ਫਰਮ ਬਣਾਉਣ ਦੇ ਲਈ ਭਾਰਤੀ ਜਿਹੜਾ ਸਾਂਝੇਦਾਰੀ ਫਰਮ ਐਕਟ ਹੈ ਉਹ ਕਿਹੜਾ 1932 ਲਾਗੂ ਹੁੰਦਾ ਹੈ ਕੁਐਸਚਨ ਨੰਬਰ 6 ਸਟੂਡੈਂਟ ਇਨ ਕੇਸ ਆਫ ਗਵਰਨਮੈਂਟ ਕੰਪਨੀ ਦਾ ਕੰਟਰੀਬਿਊਸ਼ਨ ਆਫ ਗਵਰਨਮੈਂਟ ਸ਼ੁੱਡ ਬੀ ਐਡ ਲੀਸਟ ਸਾਨੂੰ ਪਤਾ ਹੈ ਸਟੂਡੈਂਟਸ ਅਸੀਂ ਜਨਰਲੀ ਪ੍ਰਾਈਵੇਟ ਤੇ ਪਬਲਿਕ ਕੰਪਨੀ ਦੀ ਗੱਲ ਕਰਦੇ ਜੋ ਸਰਕਾਰੀ ਕੰਪਨੀਆਂ ਨੇ ਪਬਲਿਕ ਕੰਪਨੀਆਂ ਜੋ ਗਵਰਨਮੈਂਟ ਕੰਪਨੀ ਹੈ ਉਹਦੇ ਵਿੱਚ ਸਰਕਾਰ ਦਾ ਘਟੋ ਘਟ ਪੂੰਜੀ ਦਾ ਯੋਗਦਾਨ ਕਿੰਨੇ ਪ੍ਰਤੀਸ਼ਤ ਹੋਣਾ ਚਾਹੀਦਾ ਚਾਰ ਆਪਸ਼ਨਸ ਆ ਰਹੇ ਆ ਤਾਂ ਹੀ ਉਹ ਗਵਰਨਮੈਂਟ ਕੰਪਨੀ ਕਹਾਏਗੀ A 51%, B 59%, C 50%, D 45% ਸੋਚੋ ਜਰਾ ਮੇਰੇ ਖਿਆਲ ਤੁਸੀਂ ਸੋਚ ਚੁੱਕੇ ਹੋਗੇ ਦਾ ਰਾਈਟ ਆਪਸ਼ਨ ਇਜ਼ A 51% ਘੱਟੋ ਘਾਟ 51% ਹਿੱਸਾ ਸਰਕਾਰ ਦਾ ਹੋਣਾ ਚਾਹੀਦਾ ਤਾਂ ਹੀ ਉਹ ਕੰਪਨੀ ਗਵਰਨਮੈਂਟ ਕੰਪਨੀ ਕਹਾ ਸਕਦੀ ਇਸ ਕੁਸ਼ਚਨ ਇਜ਼ ਹੋਮ ਕੰਟਰੀ ਆਫ ਪੈਪਸਿਕੋ ਐਂਡ ਮਾਈਕ ਪੈਪਸਿਕੋ ਸੌਰੀ ਹੋਮ ਕੰਟਰੀ ਆਫ ਪੈਪਸਿਕੋ ਐਂਡ ਮਾਈਕਰੋਸਾਫਟ ਕੰਪਨੀਆਂ ਇਜ਼ ਜਿਹੜੀ ਪੈਪਸਿਕੋ ਤੇ ਮਾਈਕਰੋਸਾਫਟ ਕੰਪਨੀਆਂਜ਼ ਨੇ ਕਿਸ ਦੇਸ਼ ਦੇ ਵਿੱਚ ਇਹਨਾਂ ਦਾ originated ਦੇਸ਼ ਮੰਨਿਆ ਜਾਂਦਾ ਹੈ ਇਹਨਾਂ ਦਾ ਹੋਮ ਕੰਟਰੀ ਕਿਹੜਾ ਹੈ ਗ੍ਰਹਿ ਦੇਸ਼ ਜਿੱਥੋਂ ਇਹ ਪੈਦਾ ਹੋਈਆਂ ਪੈਪਸਿਕੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੈਪਸੀ ਪੀਂਦੇ ਆ ਸੀ ਸਾਰੇ ਮਾਈਕਰੋਸਾਫਟ ਦੇ ਨਾਲ ਰਿਲੇਟਡ ਕੰਪਿਊਟਰ ਦੇ ਹਾਰਡਵੇਅਰ ਸੌਫਟਵੇਅਰ ਜੁੜੇ ਹੋਏ ਨੇ ਬਹੁਤ ਸਾਰੇ ਤੇ ਸੌਫਟਵੇਅਰ ਦੀ ਦੁਨੀਆ ਦੇ ਵਿੱਚ ਜੋ ਮਾਈਕਰੋਸਾਫਟ ਹੈ ਕਿੰਗ ਹੈ ਸਟੂਡੈਂਟਸ ਜਰਨਲਾਈਜ਼ ਦਾ ਕੁਐਸਚਨ ਹੈ ਜਦੋਂ ਮਲਟੀਨੇਸ਼ਨਲਸ ਕਰਦੇ ਆ ਉਸ ਚ ਡਿਫਰੈਂਟ ਕੰਪਨੀਆਂ ਦੀ ਗੱਲ ਜਰਨਲਿਕ ਹੁੰਦੀ ਹੈ ਇਹਨਾਂ ਦਾ ਹੋਮ ਕੰਟਰੀ ਕਿਹੜਾ ਹੈ ਜਪਾਨ ਬੀ ਚਾਈਨਾ ਸੀ ਇੰਡੀਆ ਡੀ ਯੂ ਐਸ ਏ ਰਾਈਟ ਆਪਸ਼ਨ ਇਜ਼ ਤੁਸੀਂ ਹੁਣ ਤੱਕ ਤਾਂ ਸੋਚ ਚੁੱਕੇ ਹੋਗੇ ਰਾਈਟ ਆਪਸ਼ਨ ਇਜ਼ ਡੀ ਯੂ ਐਸ ਏ ਨੈਕਸਟ ਕੁਐਸਚਨ ਸਟੂਡੈਂਟ ਕੁਐਸਚਨ ਨੰਬਰ 18 ਵਾਟ ਇਜ਼ ਦਾ ਫੁੱਲ ਫਾਰਮ ਆਫ ਪੀ 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 ਫਰਮ ਜੁਆਇੰਟ ਵੈਂਚਰ ਪੁਆਇੰਟ ਆਫ 뷰3 ਪੀ ਦੀ ਫੁੱਲ ਫਾਰਮ ਕੀ ਹੈ ਜਦੋਂ ਅਸੀਂ ਜੁਆਇੰਟ ਵੈਂਚਰ ਕਰਦੇ ਆ ਕੋਈ ਕੰਪਨੀ ਬਣਾਉਣੇ ਜਾਂ ਦੋ ਅਲੱਗ-ਅਲੱਗ ਜਿਹੜੇ بزਨਸ ਪਾਰਟਨਰਸ ਨੇ ਇਕੱਠੇ ਮਿਲ ਕੇ بزਨਸ ਚਲਾਣਗੇ ਉਥੇ ਪੀ 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 ਦੀ ਫੁੱਲ ਫਾਰਮ ਕੀ ਹੈ ਯੈਸ ਏ ਦਾ ਮਤਲਬ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਏ ਆਪਸ਼ਨ ਬੀ ਹੈ ਪਬਲਿਕ ਪ੍ਰੋਫਿਟੇਬਲ ਪਾਰਟਨਰਸ਼ਿਪ ਸੀ ਆਪਸ਼ਨ ਇਜ਼ ਪਾਰਟਨਰਸ਼ਿਪ ਆਫ ਪ੍ਰੋਫਿਟ ਬਾਏ ਪਬਲਿਕ ਡੀ ਆਪਸ਼ਨ ਇਜ਼ ਨਨ ਆਫ ðiਸ ਥਿੰਕ ਅਬਾਊਟ ਇਟ ਮੇਰੇ ਖਿਆਲ ਤੁਸੀਂ ਜਾਣਦੇ ਹੋਗੇ 3 ਪੀ ਦਾ ਮਤਲਬ ਵੀ ਐਜ਼ ਕਲੀਅਰ ਹੋ ਜਾਏਗਾ ਆਓ ਆਨਸਰ ਬਣੀਏ ਆਨਸਰ ਇਜ਼ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇਸ ਨੂੰ ਅਸੀਂ PPP ਕਹਿੰਦੇ ਆ ਅੱਜ ਇਹ ਦੇਸ਼ ਦੇ ਵਿੱਚ ਦੁਨੀਆ ਦੇ ਹਰ ਦੇਸ਼ ਦੇ ਵਿੱਚ ਇਹ ਮਾਡਲ ਬਿਜ਼ਨਸ ਦਾ ਬੜਾ ਮਸ਼ਹੂਰ ਹੈ ਜਿੱਥੇ ਪ੍ਰਾਈਵੇਟ ਤੇ ਸਰਕਾਰ ਮਿਲ ਕੇ ਪ੍ਰਾਈਵੇਟ ਕੰਪਨੀ ਤੇ ਸਰਕਾਰ ਮਿਲ ਕੇ ਕੋਈ ਪ੍ਰੋਜੈਕਟ ਬਣਾਉਂਦੇ ਨੇ ਬਿਜ਼ਨਸ ਚਲਾਉਂਦੇ ਨੇ ਜਿਵੇਂ ਦੇਸ਼ ਦੇ ਵਿੱਚ ਇਸ ਟਾਈਮ ਸਾਡੇ ਦੇਸ਼ ਇਨਫਰਾਸਟ੍ਰਕਚਰ ਰੋਡਸ ਬਣ ਰਹੇ ਨੇ ਪੁਲ ਬਣ ਰਹੇ ਨੇ ਉਹ ਸਾਰੇ PPP ਦੇ ਮਾਡਲ ਦੇ ਨਾਲ ਬਣ ਰਹੇ ਨੇ ਇੱਕ ਪਾਸੇ ਗਵਰਨਮੈਂਟ ਦੀ ਪੈਸਾ ਹੁੰਦਾ ਦੂਜੇ ਪਾਸੇ ਇਹ ਜਿਹੜੀ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੀ ਇਨਵੈਸਟਮੈਂਟ ਹੁੰਦੀ ਹੈ ਜਿੰਨੇ ਟੋਲ ਲੱਗੇ ਹੋਏ ਨੇ ਤੁਸੀਂ ਦੇਖੋ ਜਿਹੜਾ ਰੋਡਸ ਦੀ ਜਗ੍ਹਾ ਲੈਣ ਦਾ ਕੰਮ ਹੈ ਉਹ ਸਰਕਾਰ ਕਰਦੀ ਹੈ ਲੋਕਾਂ ਤੋਂ ਕਰ ਕਰਦਾ ਕੰਮ ਨੂੰ ਬਣਾਉਣ ਦਾ ਕੰਮ ਜਾਣ ਲਈ ਕਿਉਂਕਿ ਪੈਸਾ ਪਬਲਿਕ ਤੇ ਪ੍ਰਾਈਵੇਟ ਦੋਨੋਂ ਰੂਪ ਚ ਲੱਗਣਾ ਹੈ ਪਬਲਿਕ ਮੀਨਸ ਗਵਰਨਮੈਂਟ ਦਾ ਪ੍ਰਾਈਵੇਟ ਕੀ ਹੈ ਨਿੱਜੀ ਕੰਪਨੀਆਂ ਨੇ ਜਿਹੜੀ ਆ ਤਾਂ ਪੀਪੀਪੀ ਦਾ ਫੁੱਲ ਫਾਰਮ ਕੀ ਹੋ ਗਿਆ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸਟੂਡੈਂਟਸ ਆਵਾਜ਼ ਦੇਣਾ ਕੁਐਸਚਨ ਨੰਬਰ 19 ਇਨ ਇੰਡੀਆ ਰੈਪ੍ਰੈਜ਼ੈਂਟਡ ਸਟਾਕ ਕੰਪਨੀਆਂ ਆਰ ਗਵਰਨਡ ਬਾਈ ਡੈਸ਼ ਇਹਦੇ ਜੁਆਇੰਟ ਸਟਾਕ ਕੰਪਨੀਆਂ ਸੀ ਮੰਨਦੇ ਆ ਭਾਰਤ ਦੇ ਵਿੱਚ ਜਿਹੜੀਆਂ ਕੰਪਨੀਆਂ ਦਾ ਸੰਚਾਲਨ ਹੈ ਜਾਂ ਜੁਆਇੰਟ ਸਟਾਕ ਕੰਪਨੀਆਂ ਦਾ ਸੰਚਾਲਨ ਹੈ ਕਿਸ ਐਕਟ ਦੇ ਦੁਆਰਾ ਹੁੰਦਾ ਹੈ ਫੋਰ ਆਪਸ਼ਨਸ ਆ ਰਹੇ ਹੋ ਕੰਪਨੀਆਂ ਐਕਟ 2010 ਕੰਪਨੀਆਂ ਐਕਟ 2013 ਕੰਪਨੀਆਂ ਐਕਟ 1913 ਕੰਪਨੀ ਐਕਟ 1931 ਸੋਚ ਲਿਆ ਮੇਰੇ ਖਿਆਲ ਤੁਸੀਂ ਜਿਹਨੂੰ ਕੰਪਨੀ ਐਕਟ ਦੇ ਬਾਰੇ ਪਤਾ ਉਹਦਾ ਸਹੀ ਆਨਸਰ ਜਾਣਦਾ ਹੋਗਾ ਆਓ ਇਹਦਾ ਰਾਈਟ ਆਨਸਰ ਕੀ ਹੈ ਬੀ ਕੰਪਨੀਆਂ ਐਕਟ 2013 ਇਸ ਸਮੇਂ ਐਡ ਪ੍ਰੈਜ਼ਰ ਹਾਰਡੇ ਦੇ ਇਸ ਦੇ ਵਿੱਚ ਜਿਹੜਾ ਕੰਪਨੀ ਐਕਟ ਲਾਗੂ ਹੁੰਦਾ ਹੈ ਕੰਪਨੀ ਦੀ ਇਹ ਉਹਨੂੰ ਫਾਰਮੇਸ਼ਨ ਦੇ ਲਈ ਉਹ ਹੈ ਕੰਪਨੀਜ਼ ਐਕਟ 2013 ਯਾਦ ਰੱਖਿਓ ਇਸ ਗੱਲ ਨੂੰ ਕੁਐਸਚਨ ਨੰਬਰ 20 ਇਨ ਇੰਡੀਆ ਕੋਆਪਰੇਟਿਵ ਸੁਸਾਇਟੀਜ਼ ਆਰ ਰਜਿਸਟਰਡ ਅੰਡਰ ਵਿਚ ਐਕਟ ਭਾਰਤ ਦੇ ਵਿੱਚ ਸਹਿਕਾਰੀ ਸੇਵਾਵਾਂ ਡੈਸ਼ ਐਕਟ ਦੇ ਨਾਲ ਰਜਿਸਟਰਡ ਹੁੰਦੀਆਂ ਨੇ ਫੇਰ ਇੱਕ ਵਾਰੀ ক্লোਜ਼ ਐਂਡਡਡ ਕੁਐਸਚਨ ਹੈ ਐਗਜ਼ੈਕਟ ਆਨਸਰ ਸਾਨੂੰ ਪਤਾ ਹੋਣਾ ਚਾਹੀਦਾ ਹੈ इंडियन कोऑपरेटिव सोसाइटी एक्ट 1932 1942 1922 1912 यस yes, स्टूडेंट्स याद करो मेमोराइज करो जो ਤੁਸੀਂ ਪੜਿਆ ਸੀ ਪਰ ਦੇ ਵੀ ਜਿਹੜੀਆਂ ਸਹਿਕਾਰੀ ਸਭਾਵਾਂ ਬੰਦੀਆਂ ਨੇ ਉੱਥੇ ਕਿਹੜਾ ਐਕਟ ਲਾਗੂ ਹੁੰਦਾ ਹੈ ਇੰਡੀਅਨ ਕੋਆਪਰੇਟਿਵ ਸੋਸਾਇਟੀਆਂ ਦਾ ਕਿਹੜੇ ਸਾਲ ਵਾਲਾ ਐਕਟ ਯਸ ਦ ਰਾਈਟ ਆਨਸਰ ਇਜ਼ ਇੰਡੀਅਨ ਕੋਆਪਰੇਟਿਵ ਸੋਸਾਇਟੀਆਂ 1912 1912 ਦਾ ਐਕਟ ਲਾਗੂ ਹੁੰਦਾ ਹੈ ਭਾਰਤ ਦੇ ਵਿੱਚ ਜੇਕਰ ਸਹਿਕਾਰੀ ਸਵਾਂਵਾਂ ਬਣਾਉਣੀਆਂ ਨੇ ਸੋਚ ਕੇ ਚੱਲੋ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਐਕਟ ਚੱਲੇ ਆ ਰਹੇ ਨੇ ਕੋਪਰੈਟਿਵ 21 ਕੋਆਪਰੇਟਿਵ ਸੁਸਾਇਟੀ ਜਨਰਲੀ ਰਨਸ ਔਨ ਜੋ ਸਹਿਕਾਰੀ ਸਵਾਂਵਾਂ ਨੇ ਪਿੰਡਾਂ ਦੇ ਵਿੱਚ ਜਨਰਲੀ ਉਥੇ ਦੀਆਂ ਲੋਕਲ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸ਼ਹਿਰਾਂ ਦੇ ਵਿੱਚ ਵੀਕਰ ਸੈਕਸ਼ਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸੇਮ ਪਿੰਡਾਂ 'ਚ ਜੋ ਵੀਕਰ ਸੈਕਸ਼ਨ ਨੇ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਉਹ ਕਿਸ ਬੇਸ ਤੇ ਚੱਲਦੀਆਂ ਨੇ ਚਾਰ ਆਪਸ਼ਨ ਨੇ ਕੈਸ਼ ਬੇਸਿਸ ਬੀ ਕ੍ਰੈਡਿਟ ਬੇਸਿਸ ਸੀ ਬੋਥ ਕੈਸ਼ ਐਂਡ ਕ੍ਰੈਡਿਟ ਬੇਸਿਸ ਡੀ ਨਨ ਆ ਕੀ ਨਗਦ ਕੰਮ ਹੁੰਦਾ ਹੈ ਉੱਥੇ ਸਾਰਾ ਲੈਣਾ ਦੇਣਾ ਜਾਂ ਉਧਾਰ ਹੁੰਦਾ ਹੈ ਜਾਂ ਦੋਨੋਂ ਹੁੰਦੇ ਨੇ ਜਰਨਲੀ ਦਾ ਮਤਲਬ ਜਿਆਦਾਤਰ ਦੀ ਮੈਂ ਗੱਲ ਕਰ ਰਿਹਾ ਆਮ ਤੌਰ ਤੇ ਰਾਜ ਆਪਸ਼ਨ ਇਜ਼ ਕੈਸ਼ ਬੇਸਿਸ ਜਿਆਦਾਤਰ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਕੰਮ ਕੀ ਹੁੰਦਾ ਹੈ ਕੈਸ਼ ਬੇਸਿਸ ਦੇ ਉੱਤੇ ਹੁੰਦਾ ਉੱਥੇ ਜਿਆਦਾਤਰ ਲੈਣਾ ਦੇਣਾ ਨਗਦ ਹੁੰਦਾ ਹੈ ਉਧਾਰ ਨਹੀਂ ਹੁੰਦਾ ਜਿਆਦਾਤਰ ਦੀ ਮੈਂ ਗੱਲ ਕਰ ਰਿਹਾ ਨੈਕਸਟ ਹੈ ਕੁਐਸਚਨ ਨੰਬਰ 22 ਮਿਨੀਮਮ ਨੰਬਰ ਆਫ ਮੈਂਬਰ ਟੂ ਫਾਰਮ ਅ ਜੁਆਇੰਟ ਹਿੰਦੂ ਫੈਮਿਲੀ ਜੋ ਐਚ ਯੂ ਐਫ ਹੈ ਹਿੰਦੂ ਅਨਡਿਵਾਈਡਿਡ ਫੈਮਿਲੀ ਐਕਟ ਹੈ ਉਸ ਦੇ ਅਨੁਸਾਰ ਜੁਆਇੰਟ ਹ ਕਿਸ ਨੂੰ ਮੰਨਿਆ ਜਾਂਦਾ ਹੈ ਫਰਮ ਬਿਜ਼ਨਸ ਪੁਆਇੰਟ ਆਫ 뷰 ਉਸ ਕਿੰਨੇ ਕਟੋਕਟ ਮੈਂਬਰ ਹੋਣੇ ਚਾਹੀਦੇ ਨੇ ਫੋਰ ਆਪਸ਼ਨਸ ਆਰ देयर ए 2 ਬੀ 3 ਸੀ 4 ਡੀ 5 ਐਚ ਯੂ ਐਫ ਦੇ ਵਿੱਚ ਹਿੰਦੂ ਅਨਡਵਾਈਡਿਡ ਫੈਮਿਲੀ ਬਿਜ਼ਨਸ ਜੋ ਜੁਆਇੰਟ ਹਿੰਦੂ ਫੈਮਿਲੀ ਹੈ ਉਸ ਕਿੰਨੇ ਮੈਂਬਰ ਹੋਣੇ ਚਾਹੀਦੇ ਨੇ ਦੈਟ ਇਜ਼ ਦਾ ਕੁਐਸਚਨ ਰਾਈਟ ਆਨਸਰ ਇਜ਼ 2 ਐਬਸੋਲੂਟਲੀ ਯੂ ਆਰ ਰਾਈਟ ਮੇਰੇ ਖਿਆਲ ਤੁਸੀਂ ਠੀਕ ਸੋਚ ਲਿਆ ਹੋਵੇਗਾ ए ਇਜ਼ ਦਾ ਰਾਈਟ ਆਪਸ਼ਨ ਕੁਐਸਚਨ ਨੰਬਰ 23 ਵਿਚ ਇਜ਼ ਨੋਟ ਦਾ ਸਕੂਲ ਆਫ ਥੋਟ ਵਿਚ ਗਵਨਸ ਐਚ ਯੂ ਐਫ ਬਿਜ਼ਨਸ ਹਿੰਦੂ ਅਨਡਵਾਈਡਿਡ ਫੈਮਿਲੀ ਇਨਾਂ ਚੋਂ ਕਿਹੜੀ ਵਿਚਾਰਧਾਰਾ ਉਸਤੇ ਲਾਗੂ ਨਹੀਂ ਹੁੰਦੀ ਕਿਹੜੀ ਵਿਚਾਰਧਾਰਾ ਇਨਾਂ ਚੋਂ ਕਿਹੜੀ ਨਹੀਂ ਹੈ ਜੋ HUF کاروبار ਨੂੰ ਨਿਯੰਤਰਿਤ ਕਰਦੀ ਹੈ ਵਿਚਾਰਧਾਰਾ ਅਲੱਗ-ਅਲੱਗ ਵਿਚਾਰਧਾਰਾਵਾਂ ਨੇ ਜੋ ਸਾਡੇ ਦੇਸ਼ ਚੱਲ ਰਹੀਆਂ ਨੇ ਚਾਰ ਆਪਸ਼ਨ ਨੇ A ਮੀਤਾਕਸ਼ਰਾ B ਦਇਆਭਾਗਾ C ਕਰਤਾਭਾਗਾ D ਨਨੋਫ ਥੀਸ ਇਨਾਂ ਚੋਂ ਕਿਹੜੀ ਨਹੀਂ ਹੈ ਅਸੀਂ ਇਹ ਸੋਚਣਾ ਤੇ ਆਨਲ ਸਟੂਡੈਂਟ ਆਓ ਰਾਈਟ ਆਨਸਰ ਦੇਖੀਏ ਰਾਈਟ ਆਨਸਰ ਇਜ਼ C ਕਰਤਾਭਾਗਾ ਕਿਉਂਕਿ ਦੋ ਸਕੂਲ ਆਫ ਥੌਟਸ ਨੇ HUF ਦੇ ਵਿੱਚ ਬਿਜ਼ਨਸ ਦੇ ਪੁਆਇੰਟ ਆਫ View ਤੋਂ ਮਿਤਾਕਸ਼ਰ ਐਂਡ ਦਿਆਭਾਗਾ ਕਲੀਅਰ ਹਾਂ ਅਗਲੇ ਲਈ ਕੁਐਸਚਨ ਨੰਬਰ 24 ਦਾ ਪਾਰਟਨਰ ਇਨ ਪਾਰਟਨਰਸ਼ਿਪ ਹੂ ਸ਼ੇਅਰਸ ਪ੍ਰੋਫਿਟ ਓਨਲੀ ਉਹ ਪਾਰਟਨਰ ਜੋ ਕਿਸੇ ਸਾਂਝੇਦਾਰੀ ਫਰਮ ਚ ਪ੍ਰੋਫਿਟ ਮੁਨਾਫੇ ਨੂੰ ਸਾਂਝਾ ਕਰਦਾ ਉਸ ਨੂੰ ਕੀ ਕਹਿੰਦੇ ਨੇ ਏ ਆਪਸ਼ਨ ਇਜ਼ ਨੋਮੀਨਲ ਪਾਰਟਨਰ ਬੀ ਪਾਰਟਨਰ ਬਾਇ ਸਟ੍ਰੋਪਲ ਸੀ ਮਾਈਨਰ ਪਾਰਟਨਰ ਡੀ ਨਨ ਆਫ ਦਾ ਰਾਈਟ ਆਨਸਰ ਸੁਨੋ ਸੋਚੋ ਤੇ ਆਓ ਦੇਖੀ ਰਾਈਟ ਆਨਸਰ ਇਜ਼ ਮਾਈਨਰ ਪਾਰਟਨਰ ਯੈਸ ਜੋ 18 ਸਾਲ ਤੋਂ ਛੋਟੇ ਹਨ ਉਸੇ ਮਾਈਨਰ 파ਰਟਨਰ ਕਹਿੰਦੇ ਹਨ ਉਹਨੂੰ ਸਿਰਫ ਪ੍ਰੋਫਿਟ ਮਿਲਦਾ ਹੈ ਨੁਕਸਾਨ ਦੇ ਲਈ ਉਹ ਲਾਇਬਲ ਨਹੀਂ ਹੁੰਦਾ ਨੈਕਸਟ ਕੁਐਸਚਨ ਸਟੂਡੈਂਟ ਕੁਐਸਚਨ ਨੰਬਰ 35 ਰਜਿਸਟ੍ਰੇਸ਼ਨ ਆਫ 파ਰਟਨਰਸ਼ਿਪ ਫਰਮ ਇਸ ਡੈਸ਼ ਕਿਸੇ 파ਰਟਨਸ਼ਿਪ ਫਰਮ ਦੀ ਰਜਿਸਟ੍ਰੇਸ਼ਨ ਡੈਸ਼ ਹੈ ਇਜ਼ ਇਟ ਕੰਪਲਸਰੀ A B ਆਪਸ਼ਨਲ ਵਿਕਲਪਿਕ ਹੈ ਕਰਾਣੀਆਂ ਕਰਾ ਲੋ ਨਹੀਂ ਕਰਾਣੀਆਂ ਨਾ ਸੀ C ਆਪਸ਼ਨ ਇਸ ਨਾਟ ਰਿਕੁਆਇਰਡ ਐਟ ਆਲ ਕਿਤੇ ਜ਼ਰੂਰਤ ਹੀ ਨਹੀਂ ਹੈਗੀ ਨਨ ਆਫ ਦਾ ਅਬਵ A ਐਂਡ B A ਤੇ B ਚੋਂ ਕੋਈ ਵੀ ਨਹੀਂ ਨਾ ਕੰਪਲਸਰੀ ਨਾ ਆਪਸ਼ਨਲ ਆਓ ਸੋਚੀਏ ਰਾਈਟ ਆਨਸਰ ਕੀ ਹੈ ਇਹਦਾ ਰਾਈਟ ਆਨਸਰ ਇਜ਼ ਆਪਸ਼ਨਲ ਤੁਸੀਂ 파ਟਨਰਸ਼ਿਪ ਫਰਮ ਬਣਾਣੀ ਹੈ ਤਾਂ ਤੁਹਾਡੀ ਇੱਛਾ ਹੈ ਆਪਸ਼ਨਲ ਹੈ ਬੀ ਆਪਸ਼ਨ ਹੈ ਇਥੇ ਕਰवानी ਰਜਿਸਟ੍ਰੇਸ਼ਨ ਕਰਵਾ ਲਓ ਰਜਿਸਟਰਾਰ ਦੇ ਕੋਲੋਂ 파ਨਸ਼ੀ ਵੈਕਟਰ ਦੇ ਅਕੋਰਡਿੰਗਲੀ ਜੇ ਨਹੀਂ ਕਰਵਾਓਗੇ ਤਾਂ ਕੁਝ ਜਿਹੜੀਆਂ ਸਪੈਸ਼ਲ ਪ੍ਰਿਵਿਲੇਜਿਸ ਮਿਲਦੀਆਂ ਨੇ ਵਿਸ਼ੇਸ਼ ਫਾਇਦੇ ਮਿਲਦੇ ਨੇ ਉਹ ਨਹੀਂ ਮਿਲਣਗੇ ਬਸ ਇਹ ਹੁੰਦਾ ਸਟੂਡੈਂਟਸ ਮੇਰੇ ਖਿਆਲਸ ਤੁਸੀਂ ਕੁਐਸਚਨ ਸਾਰੇ ਸਮਝ ਗਏ ਹੋਵੋਗੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਲਮੋਸਟ 25 ਕੁਐਸਚਨ ਨੇ ਤੁਸੀਂ 50 ਦੇ ਕਰੀਬ ਕਿਸੇ ਦੇ 40 ਮਾਰਕਸ ਹੋਣਗੇ 45 ਹੋਣਗੇ ਆਪਣੇ ਆਪ ਨੂੰ ਈਵੈਲਿਊਏਟ ਕਰੋ ਇੱਕ ਅੰਦਾਜ਼ਾ ਲਗਾਓ ਕਿ ਇਸ ਤਰ੍ਹਾਂ ਦੇ ਕੰਟੈਂਟ ਚੋਂ ਇਨੇ ਚੈਪਟਰਸ ਦੇ ਵਿੱਚੋਂ ਇਸ ਟਾਈਪ ਦੇ ਕੁਐਸਚਨ ਡਿਵੈਲਪ ਹੋ ਸਕਦੇ ਨੇ ਹੋਰ ਬਹੁਤ ਸਾਰੇ ਨੇ ਜੇ ਤੁਸੀਂ ਕੰਟੈਂਟ ਨੂੰ ਡੀਟੇਲਸ ਪੜ੍ਹ ਰਹੇ ਹੋ ਤਾਂ ਬਹੁਤ ਸਾਰੇ ਕੁਐਸਚਨਸ ਹੋਰ ਹੁੰਦੇ ਨੇ ਤੁਸੀਂ ਆਪਣੀ ਬੁੱਕਸ ਆਪਣੇ ਕੰਟੈਂਟ ਜੋ ਤੁਹਾਡੇ ਕੋਲ ਅਵੇਲੇਬਲ ਹੈ ਉਹਨਾਂ ਨੂੰ ਪ੍ਰੋਪਰਲੀ ਪੜ੍ਹੋ ਤਾਂ ਹੀ ਅਸੀਂ ਐਕੂਰੇਟਲੀ ਜਿਹੜੇ ক্লোਜ਼ ਐਂਡਡ ਕੁਐਸਚਨ ਨੇ ਜਿਨ੍ਹਾਂ ਦਾ ਐਗਜ਼ੈਕਟ ਆਨਸਰ ਦੇਣਾ ਹੈ ਉਹ ਦੇ ਪਾਵਾਂਗੇ ਐਗਜ਼ਾਮ ਦੇ ਵਿੱਚ ਸਟੂਡ ਅਟ ਟ ਦ ਐਂਡ ਥੈਂਕਸ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਐਂਡ ਵੀਡੀਓ ਇਸ ਚੈਨਲ ਦੇ ਉਤੇ ਆਲਰੇਡੀ ਜਾਣਕਾਰੀ ਚੈਨਲ ਦੇ ਉਤੇ ਬਹੁਤ ਸਾਰੀਆਂ ਵੀਡੀਓਜ਼ ਨੇ ਉਹਨਾਂ ਨੂੰ ਦੇਖੋ ਆਉਣ ਵਾਲੇ ਸਮੇਂ 'ਚ ਹੋਰ ਵੀ ਆਣਗੀਆਂ ਟਿਲ ਦੈਨ ਸਟੂਡੈਂਟਸ